ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਾਰਿਆਂ ਨੂੰ ਵੀ ਜਿਹੜਾ ਧਰਮ ਦੇ ਨਾਂ ਤੇ ਤੁਸੀਂ ਵੰਡੀਆਂ ਪਾ ਰਹੇ ਹੋ ਨਾ ਪਾਓ ਸਾਰੇ ਧਰਮ ਇੱਕ ਨੇ ਅਸੀਂ ਆਪਣੇ ਹੱਕਾਂ ਲਈ ਸਿਰਫ ਇਸ ਲਈ ਲੜ ਰਹੇ ਹਾਂ ਅਸੀਂ ਕਿਸਾਨਾਂ ਦੇ ਨਾਲ ਆ ਕਿ ਸਾਡੇ ਵਿੱਚ ਕੋਈ ਮਤਭੇਦ ਨਹੀਂ ਹੈ ਧਰਮਾਂ ਨੂੰ ਲੈ ਕੇ ਹਾਂ ਕੁਝ ਕਾਨੂੰਨ ਜਿਹੜੇ ਸਾਨੂੰ ਨਹੀਂ ਸੂਟ ਕਰਦੇ ਅਸੀਂ ਉਹਦੇ ਜ਼ਰੂਰ ਖਿਲਾਫ ਹੋ ਸਕਦੇ ਹਾਂ ਅਸੀਂ ਆਪਣੀ ਆਵਾਜ਼ ਉਠਾ ਸਕਦੇ ਹਾਂ ਅਸੀਂ ਇੱਜ਼ਤ ਕਰਦੇ ਹਾਂ ਭਾਰਤ ਦੇ ਸੰਵਿਧਾਨ ਦੀ ਵੀ ਆਪਣੇ ਦੇਸ਼ ਦੀ ਵੀ ਆਪਣੇ ਤਿਰੰਗੇ ਦੀ ਵੀ ਆਪਣੇ ਪ੍ਰਧਾਨ ਮੰਤਰੀ ਦੀ ਵੀ ਪਰ ਇਹ ਸਾਡਾ ਸੁਨੇਹਾ ਜ਼ਰੂਰ ਹੈ ਕਿ ਕਿਰਪਾ ਕਰਕੇ ਸਾਨੂੰ ਧਰਮ ਦੇ ਨਾਂ ਤੇ ਵੰਡੀਆਂ ਸਾਡੇ ਵਿੱਚ ਨਾ ਪਾਓ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਪੋਰਟ ਵਿੱਚ ਖੜੇ ਹਾਂ ਫਾਰਮਰਸ ਦੀ ਤੇ ਜੋ ਸਾਨੂੰ ਰਿਲੀਜੀਅਸ ਦੇ ਬੇਸਿਸ ਤੇ ਵੰਡਿਆ ਜਾ ਰਿਹਾ ਪਲੀਜ਼ ਉਹਨੂੰ ਬੰਦ ਕੀਤਾ ਜਾਵੇ ਆ ਸਿਰਫ ਕਿਸਾਨੀ ਮੁੱਦਾ ਤੇ ਉਹਨੂੰ ਕਿਸਾਨੀ ਹੀ ਮੁੱਦਾ ਰੱਖੀ ਉਹਨਾਂ ਦੇ ਹੱਕ ਲਈ ਹੀ ਅਸੀਂ ਖੜੇ ਹਾਂ ਇੱਥੇ ਹਰ ਧਰਮ ਦਾ ਬੰਦਾ ਹੈਗਾ ਆ ਅਸੀਂ ਇੱਥੋਂ ਮਾਰਚ ਸ਼ੁਰੂ ਕਰ ਰਹੇ ਹਾਂ ਸ਼ਰਾਬਾ ਨਗਰ ਮਾਰਕੀਟ ਤੋਂ ਸੌਰੀ ਗੁਰਦੁਆਰੇ ਤੋਂ ਉਸ ਤੋਂ ਬਾਅਦ ਅਸੀਂ ਜਾਵਾਂਗੇ ਚਰਚ ਚਰਚ ਤੋਂ ਬਾਅਦ ਅਸੀਂ ਜਾਵਾਂਗੇ ਮੋਹੰਡਨ ਜਿਹੜੇ ਸਾਡੇ ਬ੍ਰਦਰਸ ਆ ਉਹਨਾਂ ਨੇ ਲਾਇਆ ਆਪਣਾ ਉਸ ਤੋਂ ਬਾਅਦ ਅਸੀਂ ਮੰਦਰ ਜਾ ਰਹੇ ਦੁਰਗਾ ਮਾਤਾ ਮੰਦਰ ਉਸ ਤੋਂ ਬਾਅਦ ਫਿਰ ਵਾਪਸ ਅਸੀਂ ਗੁਰਦੁਆਰੇ ਆਵਾਂਗੇ ਸੋ ਤੁਸੀਂ ਟੋਟਲੀ ਆਈ ਐਮ ਬਾਇਸ ਵਿਦ ਐਨੀ ਰਿਲੀਜਨ ਠੀਕ ਹੈ ਇਹ ਕੋਈ ਵੀ ਅਸੀਂ ਬਾਇਸ ਨਹੀਂ ਹੈਗੇ ਕਿ ਕੋਈ ਰਿਲੀਜਨਸ ਦਾ ਆਹ ਹੈਗਾ ਮੈਟਰ ਅਸੀਂ ਸਿਰਫ ਕਿਸਾਨੀ ਮੁੱਦਾ ਹੈ